ਉਹ ਉਹਦੇ 'ਚ ਕੀ ਪਾਉਂਦੇ ਸੀ, ਉਹ ਗਿੱਲਾ ਆਟਾ ਪਾਉਂਦੇ ਸੀਗੇ, ਸੇਵੀਆਂ ਨਿਕਲ ਕੇ ਬਾਹਰ ਆ ਜਾਂਦੀ ਸੀ। ਫਿਰ ਮੈਨੂੰ ਉਹਦਾ ਪ੍ਰੋਸੀਜਰ ਦੇਖ ਕੇ ਮੇਰੇ ਦਿਮਾਗ 'ਚ ਉਸੇ ਟਾਈਮ ਇੱਕ ਆਇਆ ਕਿ ਜੇ ਸੇਵੀਆਂ ਨਿਕਲ ਸਕਦੀਆਂ, ਇੰਨਾ ਹਾਰਡ ਮਟੀਰੀਅਲ ਨਿਕਲ ਸਕਦਾ, ਤਾਂ ਮੇਰੀ ਗੋਬਰ ਦੀ ਲੱਕੜੀ ਵੀ ਬਣ ਸਕਦੀ ਹੈ। ਮਸ਼ੀਨ ਜੀ ਸਾਰੀ 45,000 ਦੀ ਮਸ਼ੀਨ ਹੈ। ਇਹਦੇ 'ਚ 5 HP 3-phase ਮੋਟਰ ਹੈ, ਘੰਟੇ 'ਚ 2 ਕੁਇੰਟਲ ਮਾਲ ਬਣਾਉਂਦੀ ਹੈ। 45,000 ਦੇ ਉੱਪਰ 18% GST ਹੈ, 53,100 ਦੀ ਮਸ਼ੀਨ ਹੈ ਟੋਟਲ। ਇਹ ਮਸ਼ੀਨ ਦੀ ਵਰਕਿੰਗ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ। ਇਹ ਮਸ਼ੀਨ ਕੀ ਕਰੂਗੀ, ਗੋਬਰ ਤੋਂ ਪਾਣੀ ਅੱਡ ਕਰੂਗੀ, ਚੂਰਾ ਅੱਡ ਕਰੂਗੀ, ਇਹਨੂੰ ਡੀ ਵਾਟਰਿੰਗ ਮਸ਼ੀਨ ਕਹਿੰਦੇ ਆ। ਇਹ ਮਸ਼ੀਨ ਕੀ ਕਰਦੀ ਹੈ, ਅਸੀਂ ਜੇ ਇਹਦੇ 'ਚ ਪਾਣੀ ਵਰਗਾ ਗੋਬਰ ਪਾਵਾਂਗੇ, ਪਾਣੀ ਵਰਗਾ ਗੋਬਰ, ਬਿਲਕੁਲ ਜਿਵੇਂ ਸਲਰੀ ਹੁੰਦੀ ਹੈ ਨਾ, ਜਿਵੇਂ ਗੋਬਰ ਦਾ ਮਤਲਬ ਬਿਲਕੁਲ ਲਿਕੁਇਡ ਫੋਰਮ ਹੁੰਦੀ ਹੈ, ਉਹ ਪਾਣੀ ਵਰਗਾ ਗੋਬਰ ਪਾਵਾਂਗੇ। ਹੁਣ ਤੁਸੀਂ ਦੇਖਿਓ, ਇਹਨੇ ਪਾਣੀ ਅੱਡ ਕਰ ਪਾਣੀ ਅੱਡ ਕਰ ਦੇਣਾ, ਚੂਰਾ ਅੱਡ ਕਰ ਦੇਣਾ। ਜੇ ਭਾਅ ਜੀ ਅੱਜ ਕੱਲ੍ਹ ਜੋ ਮੇਰਾ ਦੌਰ ਚੱਲ ਰਿਹਾ, ਮੇਰਾ ਬਾਹਰ ਤੋਂ ਵੀ ਬਹੁਤ ਵਧੀਆ। ਮੈਂ ਇਸ ਟਾਈਮ ਇੰਨੀਆਂ ਮਸ਼ੀਨਾਂ ਬਣਾ ਰਿਹਾ ਕਿ ਮੇਰੇ ਕੋਲ ਡਿਮਾਂਡ ਨਹੀਂ ਪੂਰੀ ਹੁੰਦੀ। ਹਰੇਕ ਆਲ ਓਵਰ ਇੰਡੀਆ ਗਊਸ਼ਾਲਾ ਦੀ ਡਿਮਾਂਡ ਹੈ ਕਿ ਮੈਂ ਮਤਲਬ ਅੱਜ ਵੀ ਮੈਨੂੰ ਕੋਈ ਕਵੇ ਮੈਂ ਮਸ਼ੀਨਾਂ ਬੁੱਕ ਕਰਦਾ, ਅਤੇ ਪਹਿਲਾਂ ਬੁੱਕ ਕਰਦਾ, 1 ਹਫ਼ਤੇ ਦੀ ਬੁਕਿੰਗ ਲੈਂਦਾ, ਫਿਰ ਮੈਂ ਮਸ਼ੀਨ ਦਿੰਦਾ ਉਹਨਾਂ ਨੂੰ। ਮੇਰਾ ਪੰਜਾਬ 'ਚ ਬਹੁਤ ਮਸ਼ਹੂਰ ਜਨਰੇਟਰ ਹੈ, ਟਰੈਕਟਰ ਓਪਰੇਟਡ ਜਨਰੇਟਰ ਹੈ, PTO ਜਨਰੇਟਰ, ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣ ਵਾਲਾ ਜਨਰੇਟਰ ਆਪਣੇ। ਮਤਲਬ ਕਿ ਤੁਸੀਂ ਭਾਵੇਂ ਜਨਰੇਟਰ ਕਿਸੇ ਵੀ ਕੰਪਨੀ ਦਾ ਲਾ ਲਓ, ਉਹਦੇ ਬਰਾਬਰ ਲਾਉਂਗੇ, ਮੇਰਾ ਸਭ ਤੋਂ ਘੱਟ ਤੇਲ ਖਾਊਗਾ। ਕਦਾ ਸਵਾਗਤ ਹੈ, ਮੈਂ ਹਾਂ ਦਮਨਪ੍ਰੀਤ ਸਿੰਘ। ਦੋਸਤੋ, ਗੱਲ ਕਰਦੇ ਹਾਂ ਗੋਬਰ ਦੀ। ਪੁਰਾਣੇ ਜ਼ਮਾਨੇ 'ਚ ਗੋਬਰ ਦਾ ਜਿਹੜਾ ਕਿ ਲੇਪਣ ਦੇ ਕੰਮ ਆਉਂਦਾ ਸੀ, ਜਿਹੜੇ ਕਿ ਘਰ ਦੀ ਕੰਧਾਂ ਨੂੰ ਪੱਕਾ ਕਰਨ ਦੇ ਕੰਮ ਆਉਂਦਾ ਸੀਗਾ, ਜਾਂ ਤਾਂ ਉਹਦੇ ਕੰਡੇ ਬੁਲਾਏ ਜਾਂਦੇ ਸੀਗੇ, ਜਾਂ ਤਾਂ ਉਹਨੂੰ ਚੂਲੇ ਦੇ ਕੰਮ ਆਉਂਦਾ ਸੀਗਾ। ਲੇਕਿਨ ਆਹ ਤੁਸੀਂ ਲੱਕੜ ਦੇਖ ਰਹੇ ਹੋ, ਇਹ ਲੱਕੜ ਨਹੀਂ ਹੈ, ਇਹ ਗੋਬਰ ਦੀ ਬਣਾਈ ਹੋਈ ਇੱਕ ਲੱਕੜ ਹੈ, ਜਿਹੜੇ ਕਿ ਇੱਕ ਮਸ਼ੀਨ ਬਣਾ ਕੇ ਸਨੀ ਇੰਜੀਨੀਅਰਸ ਨੇ ਬਣਾਈ ਹੈ ਸਾਡੇ ਨਾਲ। ਇੱਥੇ ਤੁਸੀਂ ਦੇਖ ਸਕਦੇ ਹੋ, ਇੱਕ ਉਹਨਾਂ ਨੇ ਮਸ਼ੀਨ ਬਣਾਈ ਹੈ ਜਿਹਦੇ ਨਾਲ ਇੱਕ ਲੱਕੜ ਬਣਾ ਕਰ ਜਿਹੜਾ ਕਿ ਯੂਜ਼ ਇੱਕ ਨਵੇਂ ਗੋਬਰ ਦਾ ਕਿੱਦਾਂ ਦਾ ਯੂਜ਼ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੇਖ ਸਕਦੇ ਹੋ। ਕਿ ਇਹ ਲੱਕੜ ਬਣਾ ਕੇ ਸਾਡੇ ਨਾਲ ਇੱਥੇ ਕਾਰਤਿਕ ਜੀ ਮੌਜੂਦ ਨੇ, ਜਿਨ੍ਹਾਂ ਨੇ ਇਹ ਲੱਕੜ ਬਣਾ ਕੇ ਇਹ ਮਸ਼ੀਨ ਬਣਾ ਕੇ ਜਿਹੜਾ ਕਿ ਨਵਾਂ ਇੱਕ ਜਿਹੜਾ ਗੋਬਰ ਨੂੰ ਇੱਕ ਰੁੱਖ ਦਿੱਤਾ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ। ਸਨੀ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਥੈਂਕ ਯੂ ਸਰ। ਅਤੇ ਇਹ ਕਿੱਦਾਂ ਤੁਹਾਡੇ ਕੋਲ ਆਈਡੀਆ ਆਇਆ ਇਹ ਮਸ਼ੀਨ ਬਣਾਉਣ ਦਾ? ਜਾਂ ਸਰ, ਅਸੀਂ ਮੇਰਾ ਬੇਸਿਕਲ ਕੰਮ ਸੀਗਾ ਟੋਕੇ ਮਸ਼ੀਨ ਦਾ, ਟੋਕਾ ਮਸ਼ੀਨ ਦੀ ਅਸੀਂ ਡਿਲੀਵਰੀ ਦੇਣ ਗਏ ਸੀਗੇ ਕਿਸੇ ਗਊਸ਼ਾਲਾ 'ਚ, ਅਤੇ ਮੈਂ ਉੱਥੇ ਦੇਖਿਆ ਸੀ ਗੋਬਰ ਬਹੁਤ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ, ਲੋਕ ਟਰਾਲੀਆਂ ਪੈਸੇ ਦੇ ਕੇ ਟਰਾਲੀਆਂ 'ਚ ਵੇਚ ਰਹੇ ਨੇ ਗੋਬਰ ਨੂੰ, ਉਹਨਾਂ ਨੂੰ ਮਤਲਬ ਪੈਸੇ ਚੁਕਾਉਣੇ ਪੈਂਦੇ ਸੀਗੇ, ਪੈਸੇ ਦੇਣੇ ਪੈਂਦੇ ਗੋਬਰ ਚੱਕਣ ਵਾਸਤੇ, ਐਜ਼ ਆ ਵੇਸਟ ਮਟੀਰੀਅਲ ਸੀਗਾ ਰੱਖਣ ਦੀ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪ੍ਰੋਬਲਮ ਬਹੁਤ ਹੈ ਗਊਸ਼ਾਲਾ 'ਚ। ਅਤੇ ਮੈਂ ਉਹਦੇ 'ਚ ਦੇਖਿਆ ਉੱਥੇ ਇੱਕ ਸੇਵੀਆਂ ਮਤਲਬ ਆਟੇ ਤੋਂ ਸੇਵੀਆਂ ਵੱਟਣ ਵਾਲੀ ਮਸ਼ੀਨ ਵਾਲੀ ਕੋਈ ਆਇਆ ਹੋਇਆ ਸੀਗਾ ਉੱਥੇ, ਮੈਂ ਦੇਖ ਲਿਆ ਸੀਗਾ ਕਿ ਮਸ਼ੀਨਰੀ, ਮੈਂ ਬੜੀ ਗੌਰ ਨਾਲ ਦੇਖੀ ਕਿ ਬਈ ਇਹਦਾ ਕੀ ਪ੍ਰੋਸੈਸ ਹੋ ਰਿਹਾ। ਉਹਦੇ 'ਚ ਕੀ ਪਾਉਂਦੇ ਸੀ, ਉਹ ਗਿੱਲਾ ਆਟਾ ਪਾਉਂਦੇ ਸੀਗੇ, ਸੇਵੀਆਂ ਨਿਕਲ ਕੇ ਬਾਹਰ ਆ ਜਾਂਦੀ ਸੀ। ਫਿਰ ਮੈਨੂੰ ਉਹਦਾ ਪ੍ਰੋਸੀਜਰ ਦੇਖ ਕੇ ਮੇਰੇ ਦਿਮਾਗ 'ਚ ਉਸੇ ਟਾਈਮ ਇੱਕ ਆਇਆ ਕਿ ਜੇ ਸੇਵੀਆਂ ਨਿਕਲ ਸਕਦੀਆਂ, ਇੰਨਾ ਹਾਰਡ ਮਟੀਰੀਅਲ ਨਿਕਲ ਸਕਦਾ, ਤਾਂ ਮੇਰੀ ਗੋਬਰ ਦੀ ਲੱਕੜੀ ਵੀ ਬਣ ਸਕਦੀ ਹੈ। ਪਾਥੀਆਂ ਤਾਂ ਬਣਦੀਆਂ ਹੀ ਹੈ ਹੁਣ ਅੱਜ ਕੱਲ੍ਹ, ਪਾਥੀਆਂ ਵਾਸਤੇ ਪਹਿਲਾਂ ਤਾਂ ਆਪਣੀ ਮਾਤਾਵਾਂ ਭੈਣਾਂ ਕਰ ਲੈਂਦੇ ਸੀ ਕੰਮ ਥੋੜ੍ਹਾ ਬਹੁਤਾ, ਕਿ ਪਾਥੀਆਂ ਪੱਥ ਦਿੰਦੀ ਸੀ, ਅੱਜ ਕੱਲ੍ਹ ਤਾਂ ਗੋਬਰ ਨੂੰ ਕੋਈ ਟੱਚ ਹੀ ਨਹੀਂ ਕਰਨਾ ਚਾਹੁੰਦਾ। ਅਤੇ ਉਸ ਕਰਕੇ ਮੈਂ ਇਹ ਮਸ਼ੀਨ ਬਣਾਈ, ਮੈਂ ਕਿਹਾ ਇਹ ਲੋਕਾਂ ਵਾਸਤੇ ਬਹੁਤ ਵਧੀਆ ਰੂਪ ਹੋਏਗਾ ਇੱਕ ਤਰ੍ਹਾਂ ਦਾ ਇਹ ਮਸ਼ੀਨ ਵਾਸਤੇ, ਕਿ ਉਹਨਾਂ ਨੂੰ ਲਗਾਉਣ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਣੀ, ਅਤੇ ਨਾਲੇ ਗੋਬਰ ਆਪਣਾ ਯੂਜ਼ ਹੋਊਗਾ, ਜ਼ਿਆਦਾ ਵੇਸਟ ਮਟੀਰੀਅਲ, ਅਤੇ ਕਿਤੇ ਵੀ ਜਾ ਸਕਦਾ। ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ ਇਹ ਮਸ਼ੀਨ ਬਣਾਉਣ 'ਚ? ਸਰ, ਮੈਨੂੰ ਘੱਟੋ ਘੱਟ 3 ਮਹੀਨੇ ਲੱਗੇ ਹੈ ਇਸ ਮਸ਼ੀਨ ਨੂੰ ਬਣਾਉਣ 'ਚ, ਅਤੇ ਮੈਂ ਡਿਫਰੈਂਟ ਟ੍ਰਾਇਲਸ ਕੀਤੇ ਸੀਗੇ। ਮੈਂ ਇਸ ਮਸ਼ੀਨ ਨੂੰ ਦੇਖਿਆ ਕਿ ਮੈਂ ਕਿੰਨੀ ਕੁ ਲੱਕੜੀ ਬਣਾ ਸਕਦਾ, ਅਤੇ ਕਿੰਨੀ ਕੁ ਲੈਂਥ ਦੀ ਬਣਾ ਸਕਦਾ ਕਿ ਇਹ ਟੁੱਟੇ ਨਾ ਜੇ ਇੱਕ ਵਾਰ ਬਣ ਜੇ। ਅਤੇ ਮੈਂ ਹੁਣ ਇਸ ਟਾਈਮ 2.5 ਇੰਚ ਲੰਬੀ, 3 ਇੰਚ ਚੌੜੀ, ਵਿੱਚ 1 ਇੰਚ ਦਾ ਹੋਲ, ਅਸੀਂ ਇੰਨੀ ਕੁ ਲੰਬੀ ਬਣਾ ਰਹੇ ਹਾਂ। ਇਹਦੇ 'ਚ ਇੰਨੀ ਸਟਰੈਂਥ ਇੰਨੀ ਹੈ ਕਿ ਇੱਕ ਵਾਰ ਜੇ ਹਾਰਡ ਹੋ ਗਈ ਦੁਬਾਰਾ ਟੁੱਟੇਗੀ ਨਹੀਂ। ਅਗਰ ਗੱਲ ਕੀਤੀ ਜਾਵੇ ਕੋਸਟਿੰਗ ਦੀ, ਇਹਦੇ ਕੀ ਕੋਸਟਿੰਗ ਰੱਖੀ ਹੈ ਤੁਸੀਂ ਇਸ ਮਸ਼ੀਨ ਦੀ? ਮਸ਼ੀਨ ਜੀ ਸਾਰੀ 45,000 ਦੀ ਮਸ਼ੀਨ ਹੈ, ਇਹਦੇ 'ਚ 5 HP 3-phase ਮੋਟਰ ਹੈ, ਘੰਟੇ 'ਚ 2 ਕੁਇੰਟਲ ਮਾਲ ਬਣਾਉਂਦੀ ਹੈ। 45,000 ਦੇ ਉੱਪਰ 18% GST ਹੈ, 53,100 ਦੀ ਮਸ਼ੀਨ ਹੈ ਟੋਟਲ। ਅੱਛਾ, ਅਤੇ ਹੋਰ ਵੀ ਤੁਸੀਂ ਇਹੋ ਜਿਹੀ ਕੋਈ ਮਸ਼ੀਨ ਬਣਾਈ ਹੈ ਜਿਹੜੇ ਕਿ ਲੋਕਾਂ ਦੇ ਕੰਮ ਆ ਸਕਦੀ ਹੈ? ਦੇਖੋ ਜੀ, ਜਦੋਂ ਅਸੀਂ ਇਹ ਮਸ਼ੀਨ ਜਾਣੀ ਸ਼ੁਰੂ ਹੋਈ ਹੈ ਗਊਸ਼ਾਲਾ 'ਚ, ਜਿਨ੍ਹਾਂ ਕੋਲ ਤਾਂ 50-60 ਪਸ਼ੂ ਨੇ, ਉਹਨਾਂ ਵਾਸਤੇ ਸਫੀਸ਼ੈਂਟ ਹੈ ਮਸ਼ੀਨ। ਅਗਲੇ ਕਹਿੰਦੇ ਕਿ ਚਲੋ ਅਸੀਂ ਬਣਾਇਆ ਵੇਚ ਲਿਆ, ਠੀਕ ਹੈ। ਹੁਣ ਜਿਨ੍ਹਾਂ ਕੋਲ 500 ਤੋਂ ਲੈ ਕੇ 1,000 ਗਊਆਂ ਨੇ, ਹੁਣ ਉਹਨਾਂ ਕੋਲ ਦਿਨ ਦਾ ਗੋਬਰ ਬਹੁਤ ਹੋ ਜਾਂਦਾ, ਉਹ ਕਹਿੰਦੇ ਕਿ ਸਾਨੂੰ ਕੋਈ ਗੋਬਰ ਨੂੰ ਸੁਕਾਉਣ ਵਾਲੀ ਮਸ਼ੀਨ ਵੀ ਬਣਾਓ, ਕਿ ਗੋਬਰ ਨੂੰ ਤੁਰੰਤ ਡਰਾਈ ਕਰੇ, ਅਸੀਂ ਨਾਲ ਦੀਆਂ ਲੱਕੜ ਬਣਾਈਏ। ਅਤੇ ਅਸੀਂ ਇੱਕ ਮਸ਼ੀਨ ਬਣਾਈ ਹੈ ਗੋਬਰ ਨੂੰ ਡਰਾਈ ਕਰਨ ਵਾਲੀ ਮਸ਼ੀਨ। ਇਹ ਮਸ਼ੀਨ ਦੀ ਵਰਕਿੰਗ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ। ਇਹ ਮਸ਼ੀਨ ਕੀ ਕਰੂਗੀ, ਗੋਬਰ ਤੋਂ ਪਾਣੀ ਅੱਡ ਕਰੂਗੀ, ਚੂਰਾ ਅੱਡ ਕਰੂਗੀ, ਇਹਨੂੰ ਡੀ ਵਾਟਰਿੰਗ ਮਸ਼ੀਨ ਕਹਿੰਦੇ ਆ। ਇਹ ਮਸ਼ੀਨ ਕੀ ਕਰਦੀ ਹੈ, ਅਸੀਂ ਜੇ ਇਹਦੇ 'ਚ ਪਾਣੀ ਵਰਗਾ ਗੋਬਰ ਪਾਵਾਂਗੇ,
पानी वर्गा गोबर बिल्कुल जिवें स्लरी हुंदी है ना, जिवें गोबर दा मतलब बिल्कुल लिक्विड फॉर्म हुंदी है, वह पानी वर्गा गोबर पावांगे। हुण तुसीं देखियो इन्हें पानी अड्ड कर चूरा अड्ड कर देना नीचे विचकार। तो इहदे च की हुंदा है, ये जिहड़ा पानी है ये पानी एक अनार दे जूस वर्गा हुंदा, जिवें आपां बंदे अनार दा जूस पीने हैं, ये खेतों वास्ते अनार दा जूस है। ये आप यूरिया जगह स्प्रे कर सकते ना तो अपने खेत में कीड़ा लगेगा, तो उन्होंने एक तरह की लिक्विड खाद का भी काम करेगा, तो उन्होंने पौध को ग्रोथ मिलेगी बहुत वधिया, न्यूट्रिशन बहुत है इस पानी नाले। हुण जिहड़ा चूरा निकल रहा है ये 15% मॉइस्चर है, ये आप वर्मी कंपोस्ट खाद बना सकते हैं, ये बैक्टीरिया पा के। तो ये अपना यूपी MP छत्तीसगढ़ बिहार केरला साउथ तमिलनाडु वगैरह अपने बहुत हॉट सैलिंग आइटम है ये, तो उत्ते लोगों अपने अपने तो ज़्यादा नॉलेज आया कि असी खेती किवें बचा सकते हैं, तो जो कि यह जागरूकता असं अपने पंजाब से देना चाहते हैं कि अपने पंजाबियों भी पता लगे कि यह जी भी कोई चीज़ हो रही है, तो असं गोबर तो असं बहुत गोबर से सोना लभन की कोशिश कर रहे हैं। बस ये ला लो, ये जो गल की जाए यह गोबर का पूरे तरीके ही यूज हो जा रहा है, इससे कोई वेस्ट मटीरियल? कोई वेस्ट मटीरियल नहीं जी, गोबर एक ऐसी आइटम है अज के टाइम च कि गोबर इस टाइम मेरा 5 रुपए 6 रुपए किलो आराम विक रहा है, चाहे लकड़ बना के बेचो चाहे खाद बना के बेचो। ये लकड़ बना के बेचण का जो आइडिया आया थोड़े दिमाग च कि इससे पोल्यूशन भी हो सकता है या कितना? सर आप नहीं कह सकते कि इस पोल्यूशन नहीं होंगे, होंगे धुआं आंदा सब कुछ होंगे, बट आप थोनू एक गल कहे कि जोड़ा गोबर है ना ये जो बायो प्रोडक्ट है गोबर के चीज़ है कि लकड़ नो घट मतलब इनवायरमेंट न लकड़ नो घट करता है, मतलब प्रॉब्लम नहीं करता अपने इनवायरमेंट च, लकड़ नो लकड़ ज़्यादा प्रदूषण होंगी एज कंपेयर टू गोबर की लकड़ी नो, एक बायो प्रोडक्ट है तो हर एक जगह यूजेज है, कोई दिक्कत नहीं है। एक गल की जाए पंजाब के अंदर की होंगे कि 12वीं पास होंगे ही बच्चा सोचता है कि मैं बाहर चले जावा, लेकिन थोड़ी उम्र इन्नी देखने लगती नहीं, लेकिन तुम्हें कितना यह लग्या कि तुम एक 12वीं पास बच्चा कहता कि मैं बाहर चला जावा? मैं भी उसी चीज़ का शिकार सीगा, मैं भी बाहर जाना सीगा आफ्टर इंजीनियरिंग, मैं अपने फादर साहब ने कहा मैं बाहर जाना है, तो मैं की कहने भी अपना उरे है नहीं जनरेटर का सीजनल काम होंगे सा जनरेटर का भी कम है, तो असी मैं सोचता सीगा कि मेरे जिहड़े यार मित्र ने सारे बाहर जा रहे थे, तो मैं चाहता सी जे मैं उरे रहूँगा तो मैं कुछ दुनिया तो अलग करना है जो कि कोई होर नहीं कर रहा, अपने युवा च जिहड़े लोग बेरोजगार है उन्होंने रोज़गार देने लिए मैं कोशिश करता सीगा कि मैं कोई यही जी आइटम बनावा कि मेरी उसकी डिमांड ज़्यादा होवे। जे भाजी अजकल जो मेरा दौर चल रहा है मेरा बाहर तो भी बहुत वधिया है, मैं इस टाइम इन्निया मशीनां बना रहा कि मेरे को डिमांड नहीं पूरी होंगी, हरेक ऑल ओवर इंडिया गौशाला की इन्नी डिमांड है कि मैं मतलब अज भी मैं कोई कहे मैं मशीन बुक करदा तो पहला बुक करदा एक हफ्ते की बुकिंग लेना फिर मैं मशीन दिना उन्होंने। कितना का टाइम लग जाता है कि एक मशीन बनाने? सर हफ्ते से साढ़े 7 मशीन बन दें गोबर तो लकड़ी वाली, हफ्ते साढ़े 2 मशीन बन दें काउडंग डी वॉटरिंग वाली जी गोबर को ड्राई करती है, ये थोड़ा प्रोसीजर यदा थोड़ा लंबा है, तो यदि डिमांड ज़्यादा बड़े बड़े प्लांट्स आती है तो सानू यदि थोड़ी जी कॉस्टिंग वगैरह प्रोडक्शन वगैरह बड़ी एक सिस्टमैटिक तरीके बनानी पैंती है कि सानू थोड़ा टाइम लग जाता इन बना। इससे ताज़ा गोबर की ही यह जी लकड़ बन जाती है या कुछ इन टाइम पीरियड होंगे कुछ? सानू 4 to 5 दिन बाद गोबर यूज़ करना चाहिए फॉर बैटर फिनिशिंग, क्योंकि 4 to 5 दिन पुराना गोबर होएगा उसकी हार्डनैस वजूगी टाइट हो जूगा गोबर तो वो शेप बनने च बहुत वधिया फिनिशिंग आऊगी, जो तुम ताज़ा पा दोगे ताज़े से प्रॉब्लम आऊगी कि उन्होंने बाद चो सुकन च प्रॉब्लम बहुत है। वैसे तुम इस मशीन का नाम की रखे? यदा नाम है जी काउडंग डी वॉटरिंग मशीन जी ड्राई करती है, तो जी गोबर तो लकड़ी बनती है नाम है काउडंग लॉग मेकिंग मशीन। ये वैसे अगर इसका सिर्फ गोबर से यूज़ आ रही है या कितने होर भी ये यूज़ आ सकती है? जी काउडंग डी वॉटरिंग मशीन है ये पेपर पल्प इंडस्ट्री यूज़ आती है, पेपर का जो स्लज होती है उन्होंने डी वॉटर करने वास्ते, ये बाकी अपने गोबर से तो आती है पोल्ट्री फार्म से बहुत यूज़ आती है जी जिमें अभी गोबर को ड्राई कर रहे हैं इमें पोल्ट्री वाले भी लेंदे ने साडे तो मशीन, यदि जो चूरा निकलूगा वो खाद बना के मशरूम की खेती बिकता है। हाँ जी, तो होर भी कुछ एक मशीन कोई होर बनाई जा रही है थोड़े वालों कि सिर्फ इतने तक ही हले यही प्लान है कुछ अगला प्लान? असी हजे तक तो गोबर तो लकड़ी वाली गोबर तो डीवॉटरिंग जी करते हैं ड्राई करने वाली यदि डिमांड ही सानू पूरी होती साढ़े को होर कि जाने का मौका ही नहीं मिलता। वैसे मैं जनरेटर्स बनाना, जनरेटर्स एक ऐसा बनाना मेरा पंजाब बहुत मशहूर जनरेटर है ट्रैक्टर ऑपरेटेड जनरेटर है PTO जनरेटर, दुनिया का सब तो घट तेल खाने वाला जनरेटर अपना है, मतलब कि तुम भावें जनरेटर किसी भी कंपनी का ला लो वो बराबर लाऊंगे मेरा सब तो घट तेल खाऊगा,
उसके बारे में थोड़ा डिटेल कभी बहुत वधिया तरीके दूंगा कि असी दिखावांगे भी थोड़ा जनरेटर किस टाइप का जनरेटर बनाने हालांकि थोड़ा उसके उपर काम चल रहा है चल रहा है सर बिल्कुल चल रहा है तो पर बहुत सक्सैसफुल जनरेटर है कोई दिक्कत नहीं आ रही। एक नवा यूथ जिहड़ा कि हैगा अज दे टाइम च नशियां च जा रहा है या किसी होर पासे जा रहा है ओह जे यूथ नूं तुसीं की कहना चाहोगे? ओह जे यूथ नूं मैं ये कहना चाहुंदा कि भाजी जिंदगी इक्को ही है अपना वधिया काम ते काम करो वेस्ट मटीरियल मैं बेसिकली देखो गोबर की अपने पंजाब च कमी नहीं है मैं युवा यही कहना चाहूँगा भी तुसी अपना एक टाइम सोच के जिहड़े अपने फार्मर्स लोग हैं जिहड़े डायरी वाले ने अपना एक टाइम सोच के कि तुसी अपने बच्चों बाहर भेजन की बजाय या उन्होंने बेरोजगार रखने की बजाय ये मशीना ला के दो ते वो बहुत वधिया कमाई कर सकते हैं इस चीज़ नाल। बहुत बहुत धन्यवाद जी। आ सीगे साडे नाल कार्तिक जी जिन्होंने सानू दस्या कि अगर इरादे नेक होण ते मंजिलां मिलदियां ही मिलदियां ने ते अगर वो बाहर जाके इन्ना कु टाइम लाते उन्होंने उही इंडिया से टाइम ला के यहो जी मशीन बना के जिहड़ा कि उन्हें टाइम दिता। पटियाला तो प्राइम उहदे लई दमनप्रीत सिंह की रिपोर्ट।